ਜਿਹੜੀ ਕਿਰਦਾਰ ਬਿਲਡ ਹੋਏ ਆ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਦਾਦੀਆਂ ਨਾਨੀਆਂ ਮਾਵਾਂ ਦਾ ਬੜਾ ਵੱਡਾ ਯੋਗਦਾਨ ਹੈ। ਪਰ ਜਿਹੜੇ ਸਾਡੇ ਬੱਚੇ ਅਗਾਂਹ ਆਉਣੀ ਜਾਂ ਹੁਣ ਪੀੜ੍ਹੀ ਆਉਣੀ, ਉਹ ਕੀ ਕਹੇਗਾ ਵੀ ਨਾਨੀ ਮੇਰੀ ਟਿਕਟੋਕ 'ਤੇ ਨੱਚਦੀ ਹੁੰਦੀ? ਬਿਲਕੁਲ। ਉਹ ਕੀ ਕਹੇਗਾ ਵੀ ਉਹ ਵੀ ਮੇਰੀ ਕੋਠੇ 'ਤੇ ਚੜ੍ਹ ਕੇ ਰੀਲਾਂ ਬਣਾ ਕੇ ਪਾਉਂਦੀ ਹੁੰਦੀ? ਬੱਚਿਆਂ ਦਾ ਕਿਰਦਾਰ, ਬੱਚਿਆਂ ਦਾ ਵਿਵਹਾਰ ਵੀ ਸਾਡੀ ਜਾਇਦਾਦ ਹੈ, ਉਹਨੂੰ ਵੀ ਗੁਰਮਤ ਦੀ ਵਾੜ ਲਾਉਣੀ ਪੈਣੀ ਹੈ, ਨਹੀਂ ਤਾਂ ਜਿੱਦਾਂ ਦਾ ਮਾਹੌਲ ਤੁਸੀਂ ਵੇਖਦੇ ਹੋ ਉਹ ਬੜਾ ਔਖਾ। ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਦੋਂ ਘਰਾਂ ਦੇ ਵਿੱਚ ਗੁਰਮਤ ਦਾ ਮੀਂਹ ਪਏਗਾ ਨਾ, ਅੱਛਾ ਜੀ, ਉੱਥੇ ਹਰਿਆਲੀ ਹੋਏਗੀ ਗੁਰਸਿੱਖੀ ਵਾਲੀ, ਸਾਵਣ ਮਨ ਹਰਿਆਵਲੇ। ਬੱਚਿਆਂ ਨੂੰ ਘਰਾਂ 'ਚ ਸਿੱਖਿਆ ਅਸੀਂ ਨਹੀਂ ਦੇ ਰਹੇ, ਟਾਈਮ ਸਾਡੇ ਕੋਲ ਹੈ ਨਹੀਂ, ਸਹਿਜ ਪਾਠ ਅਸੀਂ ਨਹੀਂ ਕਰਾਉਂਦੇ, ਗੁਰਦੁਆਰੇ ਅਸੀਂ ਨਹੀਂ ਭੇਜਦੇ, ਹੈ ਨਾ ਜੀ, ਅਤੇ ਕਹਿ ਦੀਦਾ ਕਿ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰ ਰਹੀ। ਪ੍ਰਚਾਰਕਾਂ 'ਤੇ ਗੱਲ ਆ ਜਾਂਦੀ ਹੈ ਕਿ ਪ੍ਰਚਾਰਕ ਨਹੀਂ ਸਹੀ ਤਰੀਕੇ ਨਾਲ ਪ੍ਰਚਾਰ ਕਰਦੇ ਜੀ, ਵੇਖੋ ਇਹ ਲੁੱਟ ਕੇ ਖਾ ਗਏ, ਕਈ ਤਰ੍ਹਾਂ ਦੀਆਂ ਤੋਹਮਤਾਂ ਲੱਗਦੀਆਂ। ਪਰ ਜੇ ਬੇਸਿਕ ਆਪਾਂ ਗੱਲ ਕਰੀਏ, ਜੇ ਕਸੂਰ ਦੀ ਗੱਲ ਕਰੀਏ, ਤਾਂ ਕਸੂਰ ਸਾਡੇ ਘਰ ਤੋਂ ਨਹੀਂ ਸ਼ੁਰੂ ਹੋ ਜਾਂਦਾ? ਭਾਈ ਹਰਮਨਜੋਤ ਸਿੰਘ, ਬੜੀ ਪਾਏਦਾਰ ਤੁਸੀਂ ਗੱਲ ਕੀਤੀ ਆ ਕਿ ਅਸੀਂ ਘਰ ਤੋਂ ਹੀ ਸ਼ੁਰੂ ਕਰੀਏ। ਇੱਕ ਨਾ ਮਨੁੱਖੀ ਫਿਤਰਤ ਹੈ ਵੀ ਜੇ ਕੋਈ ਚੰਗਾ ਕੰਮ ਕਰੀਏ ਤਾਂ ਕਹਿੰਦੇ ਹਾਂ ਅਸੀਂ ਕੀਤਾ, ਅਤੇ ਜੇ ਕੋਈ ਗਲਤੀ 'ਤੇ ਮਾੜਾ ਹੋ ਜਾਵੇ ਤਾਂ ਅਸੀਂ ਕਹਿੰਦੇ ਹਾਂ ਜੀ ਫਲਾਣੇ ਕੋ ਹੋ ਗਈ ਉਹਦੇ ਕਰਕੇ। ਬਿਲਕੁਲ। ਬੱਚਿਆਂ ਨੂੰ ਘਰਾਂ 'ਚ ਸਿੱਖਿਆ ਅਸੀਂ ਨਹੀਂ ਦੇ ਰਹੇ, ਟਾਈਮ ਸਾਡੇ ਕੋਲ ਹੈ ਨਹੀਂ, ਬੱਚਿਆਂ ਨੂੰ ਉੜਾ ਉੜਾ ਅਸੀਂ ਨਹੀਂ ਪੜ੍ਹਾਉਣਾ, ਸਹਿਜ ਪਾਠ ਅਸੀਂ ਨਹੀਂ ਕਰਾਉਂਦੇ, ਗੁਰਦੁਆਰੇ ਅਸੀਂ ਨਹੀਂ ਭੇਜਦੇ, ਹੈ ਨਾ ਜੀ, ਅਤੇ ਕਹਿ ਦੀਦਾ ਕਿ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰ ਰਹੀ। ਇੱਦਾਂ ਕਿਸੇ ਦੇ ਉੱਪਰ ਛੁੱਟਿਆਂ ਗੱਲ ਨਹੀਂ ਬਣਦੀ, ਸ਼ੁਰੂ ਆਪਣੇ ਤੋਂ ਕਰਨਾ ਪੈਂਦਾ ਹੁੰਦਾ। ਭਾਈ ਗੁਰਦਾਸ ਸਾਹਿਬ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਰਿਸ਼ਤੇ 'ਚ ਮਾਮਾ ਜੀ ਹੋਏ ਨੇ, ਅਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਭਤੀਜੇ ਭਾਈ ਗੁਰਦਾਸ ਸਾਹਿਬ, ਬੜੀਆਂ ਕਮਾਲ ਦੀਆਂ ਰਚਨਾਵਾਂ ਭਾਈ ਹਰਮਨਜੋਤ ਸਿੰਘ ਹੋਰਾਂ ਦੀਆਂ, ਇੱਕ ਵਾਰੀ ਪੜ੍ਹੋਗੇ ਤਾਂ ਮੈਂ ਕਹਿੰਦਾ ਕਪਾਟ ਖੁੱਲ੍ਹ ਜਾਂਦੇ ਆ। ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਆਪਣੀਆਂ ਵਾਰਾਂ ਦੇ ਵਿੱਚ, ਪਹਿਲੀ ਉਦਾਹਰਣ ਉਹਨਾਂ ਦਿੱਤੀ ਗਿੱਦੜ ਦੀ। ਅੱਛਾ। ਹਾਂ, ਅਸੀਂ ਪੜ੍ਹਦੇ ਨਾ ਅੰਗੂਰ ਖੱਟੇ ਆ ਲੂੰਬੜੀ ਵਾਲਾ, ਉਹ ਲਿਖਤੀ ਤੌਰ 'ਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਵਿੱਚ ਪਹਿਲੀ ਆਉਂਦਾ ਸਭ ਤੋਂ ਪਹਿਲਾਂ। ਅੱਛਾ ਜੀ। ਭਾਈ ਸਾਹਿਬ ਕਹਿੰਦੇ ਆ ਵੀ ਗਿੱਦੜ ਦਾਖਨਾ ਅਪੜਾ ਆਖਿਆ ਥੂ ਕੌੜੀ, ਗਿੱਦੜ ਦੇ ਕੋਲੋਂ ਆਪ ਤੇ ਪਹੁੰਚਿਆ ਨਹੀਂ ਜਾਂਦਾ ਅੰਗੂਰਾਂ ਤੱਕ, ਤੇ ਗਿੱਦੜ ਬਾਅਦ ਕੀ ਕਹਿੰਦਾ ਅੰਗੂਰ ਖੱਟੇ ਹੀ ਕੌੜੇ ਨੇ। ਦੂਜੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਹੈ ਵੀ ਨੱਚਣ ਨੱਚਣਾ ਜਾਣਾ ਹੀ ਆਖਿਆ ਭੋਏ ਸੌੜੀ, ਹਿੰਦੀ ਦੀ ਇੱਕ ਕਹਾਵਤ ਹੈ ਨਾਚਣਾ ਜਾਣੇ ਆਂਗਨ ਟੇਢਾ, ਨੱਚਣਾ ਤੇ ਆਪਣੇ ਆਪ ਨੂੰ ਨਹੀਂ ਆਉਂਦਾ, ਉਦਾਹਰਨ ਦਿੱਤੀ ਉਹਨਾਂ ਨੇ, ਹਾਲਾਂਕਿ ਨੱਚਣਾ ਕੁੱਦਣਾ ਉਹ ਬਾਅਦ ਦਾ ਵਿਸ਼ਾ। ਉਹ ਕਹਿੰਦੇ ਨੱਚਣਾ ਆਪਣੇ ਆਪ ਨੂੰ ਨਹੀਂ ਆਉਂਦਾ, ਤੇ ਬੰਦਾ ਕਹਿੰਦਾ ਨਹੀਂ ਨਹੀਂ ਥਾਂ ਹੀ ਟੇਢਾ, ਅਨੇਕ ਥਾਂ 'ਤੇ ਮੈਂ ਕੀ ਨੱਚਣਾ। ਤੀਜੀ ਉਦਾਹਰਨ ਉਹਨਾਂ ਦਿੱਤੀ ਹੈ ਹੰਸਾਂ ਨਾਲ ਟਟੀਹਰੀ ਕਿਉਂ ਪਹੁੰਚਿਆ ਦੌੜੀ, ਵੀ ਹੰਸਾਂ ਦਾ ਮੁਕਾਬਲਾ ਟਟੀਹਰੀ ਨਹੀਂ ਕਰ ਸਕਦੀ। ਚੌਥੀ ਉਦਾਹਰਨ ਉਹਨਾਂ ਨੇ ਦਿੱਤੀ ਹੈ ਬੋਲੇ ਅੱਗੇ ਗਾਵੀ ਆ ਭੈਰੋਂ ਸੋ ਗੌੜੀ, ਬੋਲੇ ਅੱਗੇ ਭਾਵੇਂ ਭੈਰੋਂ ਰਾਗ ਗਾਲੋ ਅਤੇ ਭਾਵੇਂ ਗੌੜੀ ਰਾਗ ਗਾਲੋ, ਉਹਨਾਂ ਨੂੰ ਕੋਈ ਸਮਝ ਨਹੀਂ, ਬੋਲੇ ਵਾਸਤੇ ਕੁਝ ਹੀ ਬੋਲਿਆ ਜਾਵੇ ਗਾਵਿਆ ਜਾਵੇ। ਅਗਲੀ ਉਦਾਹਰਨ ਜਿਹੜੀ ਮੈਂ ਤੁਹਾਡੀ ਗੱਲ 'ਤੇ ਆਉਣਾ ਚਾਹੁੰਦਾ ਵੀ ਪ੍ਰਚਾਰ ਘਰਾਂ 'ਚੋਂ ਸ਼ੁਰੂ ਹੋਏ, ਭਾਈ ਸਾਹਿਬ ਨੇ ਕਿਹਾ ਵੀ ਸਾਵਣ ਮਨ ਹਰਿਆਵਲੇ ਅੱਕ ਜੰਮੈ ਔੜੀ, ਵੀ ਸਾਉਣ ਦੇ ਮਹੀਨੇ ਦੇ ਵਿੱਚ ਜਦੋਂ ਮੀਂਹ ਪੈਂਦਾ ਮਨ ਹਰੇ ਹੋ ਜਾਂਦੇ ਆ, ਹਰਿਆਵਲੇ ਹੋ ਜਾਂਦੇ ਆ, ਅਤੇ ਜਿੱਥੇ ਔੜ ਹੁੰਦੀ ਆ ਉੱਥੇ ਕੇਵਲ ਅੱਕ ਪੈਦਾ ਹੁੰਦੀ ਆ, ਅੱਕ ਜੰਮਦੀ ਆ। ਉੱਥੇ ਤੁਸੀਂ ਹੁਣ ਦੇਖੋ ਵੀ ਮੌਨਸੂਨ ਲੰਘਿਆ, ਤੁਸੀਂ ਪਹਾੜਾਂ 'ਚ ਜਾ ਕੇ ਵੇਖੋ ਬਨਸਪਤੀ ਕਿੱਡੀ ਕਮਾਲ ਦੀ ਹੋਈ ਹੈ, ਕਿਉਂਕਿ ਉੱਥੇ ਮੀਂਹ ਪਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਦੋਂ ਘਰਾਂ ਦੇ ਵਿੱਚ ਗੁਰਮਤ ਦਾ ਮੀਂਹ ਪਏਗਾ ਨਾ, ਅੱਛਾ ਜੀ, ਉੱਥੇ ਹਰਿਆਲੀ ਹੋਏਗੀ ਗੁਰਸਿੱਖੀ ਵਾਲੀ, ਸਾਵਣ ਮਨ ਹਰਿਆਵਲੇ। ਇਹ ਨਾ ਹੋਵੇ ਵੀ ਅਸੀਂ ਆਪ ਗੁਰਮਤ ਘਰਾਂ ਦੇ ਵਿੱਚ ਸਾਡੇ ਆਇਆ ਨਹੀਂ, ਅਤੇ ਅਸੀਂ ਕਹੀਏ ਸ਼੍ਰੋਮਣੀ ਕਮੇਟੀ ਕਰਨੀ ਕੁਝ ਨਹੀਂ ਡਈ, ਫਲਾਣਾ ਕੁਝ ਨਹੀਂ ਕਰਦਾ ਪਿਆ, ਅਸੀਂ ਕੀ ਕਰਦੇ ਪਏ ਹਾਂ? ਸ਼ੁਰੂਆਤ ਸਾਡੇ ਆਪਣੇ ਤੋਂ ਹੋਣੀ ਹੈ ਵੀ ਅਸੀਂ ਵੀ ਤਾਂ ਬੱਚਿਆਂ ਨੂੰ ਘਰੋਂ ਸਿੱਖਿਆ ਦਈਏ। ਘਰ ਸਾਨੂੰ ਤਾਲਾ ਮਾਰਨ ਦਾ ਪਤਾ ਹੈ, ਰਾਤ ਨੂੰ ਸੌਣਾ ਤਾਲਾ ਮਾਰ ਕੇ ਸੌਂਈਦਾ, ਕਿਉਂ? ਕੋਈ ਮੋਟਰਸਾਈਕਲ ਨਾ ਕੱਢ ਕੇ ਲੈ ਜੇ, ਕੋਈ ਗੱਡੀ ਨੂੰ ਨਾ ਲੈ ਜੇ, ਕੋਈ ਸਿਲੰਡਰ ਨਾ ਚੁੱਕ ਕੇ ਲੈ ਜੇ। ਘਰ ਅੰਦਰ ਦੀ ਜੇ ਗੱਲ ਕਰੀਏ ਤਾਂ ਅਲਮਾਰੀ ਨੂੰ ਤਿੰਨ ਤਿੰਨ ਤਾਲੇ ਲਾਏ ਆ, ਜਿੱਥੇ ਚੈੱਕ ਬੁੱਕ ਪਈ ਆ, ਜਿੱਥੇ ਸੋਣਾ ਪਿਆ, ਵੀ ਕੋਈ ਕੱਢ ਕੇ ਨਾ ਲੈ ਜੇ। ਬੱਚਿਆਂ ਦਾ ਕਿਰਦਾਰ, ਬੱਚਿਆਂ ਦਾ ਵਿਵਹਾਰ ਵੀ ਸਾਡੀ ਜਾਇਦਾਦ ਹੈ, ਉਹਨੂੰ ਵੀ ਗੁਰਮਤ ਦੀ ਵਾੜ ਲਾਉਣੀ ਪੈਣੀ ਹੈ,
ਨਹੀਂ ਤੇ ਜਿੱਦਾਂ ਦਾ ਮਾਹੌਲ ਤੁਸੀਂ ਵੇਖਦੇ ਹੋ ਉਹ ਬੜਾ ਔਖਾ। ਬਾਬਾ ਜੀ ਆਧੁਨਿਕਤਾ ਨੇ ਬਿਲਕੁਲ ਹੀ ਆਪਣੇ ਸ਼ਿਕੰਜੇ ਚ ਲਿਆ ਲਿਆ, ਮਾਡਰਨ ਹੋਣਾ ਕੋਈ ਮਾੜੀ ਗੱਲ ਨਹੀਂ, ਕੋਈ ਪਰ ਇੱਕੋ ਹੀ ਪਾਸੇ ਸਾਰਾ ਹੀ ਝੁਕਾ ਜੇ ਉਸ ਪਾਸੇ ਲੈ ਜਾਈਏ ਤਾਂ ਉਹ ਵੀ ਮਾੜੀ ਗੱਲ ਹੈ, ਉਹ ਵੀ ਮਾੜੀ ਗੱਲ ਹੈ ਭਾਜੀ। ਵੇਖੋ ਤਬਦੀਲੀ ਕੁਦਰਤ ਦਾ ਨਿਯਮ ਹੈ, ਤਬਦੀਲੀ ਆਉਂਦੀ ਆਉਂਦੀ ਹੈ, ਪਰ ਉੱਥੇ ਆਪਣੇ ਕਿਰਦਾਰਾਂ ਨੂੰ, ਆਪਣੇ ਵਿਚਾਰਾਂ ਨੂੰ, ਆਪਣੇ ਵਿਵਹਾਰਾਂ ਨੂੰ, ਆਪਣੇ ਸਿਧਾਂਤਾਂ ਨੂੰ ਬਚਾ ਕੇ ਰੱਖਣਾ ਇਹ ਬੜੀ ਵੱਡੀ ਗੱਲ ਹੈ। ਇਹ ਸਿੱਖ ਧਰਮ ਇੱਕ ਆਧੁਨਿਕ ਧਰਮ ਹੈ, ਸਾਨੂੰ ਇਹ ਸ਼ੁਰੂਆਤ ਕਹਿਣ ਦਾ ਮਤਲਬ ਕਿ ਘਰਾਂ ਚੋਂ ਹੀ ਕਰਨੀ ਪੈਣੀ ਆ। ਪਹਿਲਾਂ ਦਾਦੀਆਂ ਨਾਨੀਆਂ ਦਾਦੇ ਇਕੱਠੇ ਪਰਿਵਾਰ ਰਹਿੰਦੇ ਹੁੰਦੇ ਸੀ, ਰਾਤ ਨੂੰ ਜੋ ਬਾਤਾਂ ਪਾਉਣੀਆਂ ਤਾਂ ਸਿੱਖੀ ਦੀਆਂ ਬਾਤਾਂ ਪੈਣੀਆਂ, ਬਿਲਕੁਲ ਛੋਟੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਉਣੀਆਂ, ਹਨਾ, ਉਹ ਚੀਜ਼ਾਂ ਮਿਸ ਹੋਈਆਂ, ਉਹ ਵੀ ਕਿਤੇ ਨਾ ਕਿਤੇ ਇਫੈਕਟ ਪਿਆ। ਭਾਜੀ ਅਸੀਂ ਕਥਾ ਕਰਨ ਵਾਸਤੇ ਜਦੋਂ ਪਿੰਡਾਂ 'ਚ ਜਾਈਦਾ ਨਾ ਤੇ ਕਿਸੇ ਗੁਰਮੁਖ ਨੂੰ, ਗੁਰਸਿੱਖ ਵੀਰ ਨੂੰ ਮਿਲੀਏ ਜਿਹਨੇ ਦਾੜਾ ਪ੍ਰਕਾਸ਼ ਕੀਤਾ, ਸ਼ਰੀਸਾ ਪਾਈ ਹੈ, ਤੇ ਉਹ ਆਪ ਦੱਸਦਾ ਵੀ ਅਸੀਂ ਜਦੋਂ ਨਾਨਕੇ ਜਾਂਦੇ ਨਾ ਸਾਡੀ ਨਾਨੀ ਇਹ ਕਥਾ ਸੁਣਾਉਂਦੀ ਹੁੰਦੀ ਸੀ, ਕਿਸੇ ਦੂਜੇ ਨੂੰ ਮਿਲੀਏ। ਤੇ ਮਤਲਬ ਕਹਿਣ ਦਾ ਕਿ ਜਿਹੜੀ ਕਿਰਦਾਰ ਬਿਲਡ ਹੋਇਆ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਦਾਦੀਆਂ ਨਾਨੀਆਂ ਮਾਵਾਂ ਦਾ ਬੜਾ ਵੱਡਾ ਯੋਗਦਾਨ ਹੈ। ਪਰ ਜਿਹੜੇ ਸਾਡੇ ਬੱਚੇ ਅਗਾਂਹ ਆਣੀ ਜਾਂ ਹੁਣ ਪੀੜ੍ਹੀ ਆਣੀ, ਉਹ ਕੀ ਕਹੇਗਾ ਵੀ ਨਾਨੀ ਮੇਰੀ ਟਿਕਟੋਕ 'ਤੇ ਨੱਚਦੀ ਹੁੰਦੀ? ਬਿਲਕੁਲ। ਉਹ ਕੀ ਕਹੇਗਾ ਵੀ ਉਹ ਵੀ ਮੇਰੀ ਕੋਠੇ 'ਤੇ ਚੜ ਕੇ ਰੀਲਾਂ ਬਣਾ ਕੇ ਪਾਉਂਦੀ ਹੁੰਦੀ? ਬਹੁਤਾ ਇਹੋ ਕੁਝ ਹੋਇਆ ਪਿਆ ਨਾ। ਮਤਲਬ ਕਹਿਣ ਦਾ ਵੀ ਸ਼ੁਰੂਆਤ ਘਰਾਂ ਤੋਂ ਹੋਣੀ ਹੈ, ਘਰਾਂ ਦੇ ਵਿੱਚ ਸਾਨੂੰ ਸਿੱਖੀ ਸੰਭਾਲਣੀ ਪਊਗੀ, ਸਾਨੂੰ ਸਾਡੀਆਂ ਮਾਵਾਂ ਨੂੰ ਵੇਖਣਾ ਪਏਗਾ। ਉਹੀ ਗੱਲ ਹੈ ਵੀ ਸਾਵਣ ਵਣ ਹਰਿਆਵਲੇ ਅੱਕ ਜੰਮੈ ਔੜੀ, ਬਾਅਦ ਵਿੱਚ ਕਿਸੇ ਨੂੰ ਦੋਸ਼ ਦੇਣ ਤੋਂ। ਵੇਖੋ ਸਰਕਾਰਾਂ ਦੀ ਗੱਲ ਕਰੀਏ ਜਾਂ ਸਿਸਟਮ ਨਹੀਂ ਚਾਹੁੰਦਾ ਜਾਂ ਸਿਸਟਮ ਨੇ ਆ ਕੇ ਤੁਹਾਡੇ ਬੱਚਿਆਂ ਨੂੰ ਨਹੀਂ ਬਚਾਉਣਾ, ਸਾਨੂੰ ਆਪ ਆਪਣੇ ਬੱਚਿਆਂ ਨੂੰ ਸੰਭਾਲਣਾ ਪੈਣਾ, ਠੀਕ ਹੈ ਜੀ। ਉਹਨਾਂ ਨੂੰ ਧਰਮ ਦੀ ਸਿੱਖਿਆ, ਉਹਨਾਂ ਨੂੰ ਸਰੀਰ ਸੰਬੰਧੀ ਸਿੱਖਿਆ, ਚੰਗੇ ਵਿਚਾਰ ਸਾਨੂੰ ਆਪ ਬੱਚਿਆਂ ਨੂੰ ਦੇਣੇ ਪੈਣੇ ਆ। ਜੇ ਅੱਜ ਤੁਹਾਡੇ ਸਾਹਮਣੇ ਮੈਂ ਬੈਠਾ ਪਿਆ ਜਾਂ ਮੇਰੇ ਸਾਹਮਣੇ ਤੁਸੀਂ ਸੋਹਣੇ ਸਰੂਪ 'ਚ ਬੈਠੇ ਹੋ, ਤੁਸੀਂ ਆਪ ਦੱਸੋ ਵੀ ਤੁਹਾਡਾ ਇਸ ਸਰੂਪ ਦੇ ਪਿੱਛੇ ਕਿਹਦਾ ਹੱਥ ਹੈ? ਤੁਸੀਂ ਕਹੋਗੇ ਮੇਰੀ ਮਾਂ ਦਾ ਹੱਥ ਹੈ, ਤੁਸੀਂ ਕਹੋਗੇ ਮੇਰੇ ਦਾਦੇ ਦਾ ਹੱਥ ਹੈ, ਮੈਂ ਜੇ ਗੱਲ ਕਰਾਂ ਮੇਰੀ ਬੇਬੇ ਦਾ ਹੱਥ ਹੈ, ਠੀਕ ਹੈ ਜੀ। ਪਿਤਾ ਜੀ ਸਾਡੇ ਆਰਮੀ 'ਚੋਂ ਆਏ, ਡਰਿੰਕ ਕਰਦੇ ਸੀ, ਪਰ ਮਾਤਾ ਜੀ ਨੇ ਕਹਿਣਾ ਪੁੱਤ ਗੁਰਦੁਆਰੇ ਜਾਣਾ ਨੇ ਛੱਡੀ, ਤੇਰੇ ਬਾਪੂ ਨੇ ਸ਼ਰਾਬ ਛੱਡ ਦੇਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਿਆ ਕਰ। ਇਸੇ ਕਰਕੇ ਗੁਰਦੁਆਰੇ ਜੁੜ ਗਏ ਵੀ ਮਹਾਰਾਜ ਜੀ ਬਾਪੂ ਦੀ ਸ਼ਰਾਬ ਛੁਡਾ ਦਿਓ, ਬਾਪੂ ਜੀ ਉਹਨਾਂ ਸ਼ਰਾਬ ਛੱਡ ਦੀ, ਅੰਮ੍ਰਿਤ ਛਕ ਲਿਆ, ਅਤੇ ਮਹਾਰਾਜ ਦੀ ਮਿਹਰ ਨਾਲ ਆਪਣੇ ਘਰੋਂ ਇੱਕ ਬੱਚਾ ਪ੍ਰਚਾਰਕ ਬਣਾਇਆ। ਇਹ ਸਾਨੂੰ ਘਰਾਂ 'ਚੋਂ ਸਿੱਖਿਆ ਮਿਲਦੀ ਹੈ।